ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਇੱਕ ਵਾਰ ਫਿਰ ਪੰਜਾਬ ਪੁਲਿਸ ਦੇ ਐਮਵੀ ਬ੍ਰਾਂਚ ਵਿੱਚ ਤਾਇਨਾਤ ਦਲਬੀਰ ਸਿੰਘ ਨੂੰ 10,000 ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ, ਜਿਸ ਦੀ ਵੀਡੀਓ ਉਹਨਾਂ ਨੇ ਆਪਣੇ ਫੇਸਬੁੱਕ ਦੇ ਸੋਸ਼ਲ ਅਕਾਊਂਟ ਤੋਂ ਵਾਇਰਲ ਕੀਤੀ ਹੈ। ਸੋ ਦੋਸਤੋ, ਇਹ ਕਰਮਜੀਤ ਜੀ ਪਟਾਕਿਆਂ ਦੇ ਕਾਰੋਬਾਰੀ ਹੈਗੇ, ਜਿਹੜੇ ਫਾਇਰ ਕ੍ਰੈਕਸ ਹੈਗੇ ਆ ਦੀਵਾਲੀਆਂ ਦੇ ਉੱਤੇ, ਵਿਆਹ ਸ਼ਾਦੀਆਂ ਦੇ ਪਟਾਕੇ ਚਲਾਉਂਦੇ। ਐਂਡ ਅਸੀਂ ਕਮਿਸ਼ਨਰ ਸਾਹਿਬ ਨੂੰ, ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਇਆ। ਪੁਲਿਸ ਕਮਿਸ਼ਨਰ ਸਾਹਿਬ ਦੇ ਦਫ਼ਤਰ ਦੇ ਵਿੱਚ ਮੈਂ ਕਹਿ ਕੇ ਆਇਆ ਵੀ ਦੀਵੇ ਥੱਲੇ ਹਨੇਰਾ, ਚੌਂਕੀ ਥਾਣਿਆਂ ਦੇ ਅੰਦਰ ਲੋਕਾਂ ਨੂੰ ਡਾਂਗ ਦੇ ਨਾਲ ਲੁੱਟਿਆ ਜਾ ਰਿਹਾ, ਖੁੰਡੇ ਉਸਤਰੇ ਦੇ ਨਾਲ ਵੱਢਿਆ ਜਾ ਰਿਹਾ। ਅਤੇ ਆ ਕਮਿਸ਼ਨਰ ਆਫਿਸ ਦੇ ਵਿੱਚ ਬੈਠੇ ਜਿਹੜੇ ਸਰਕਾਰੀ ਅਫਸਰ ਸਾਹਿਬਾਨ, ਥਾਣੇਦਾਰ, DSP, ਸ਼ਰੇਆਮ ਕੋਈ ਮਨ ਦੇ ਵਿੱਚ ਡਰ ਨਹੀਂ ਉਹਨਾਂ ਦੇ, ਸ਼ਰੇਆਮ ਲੋਕਾਂ ਨੂੰ ਲੁੱਟ ਰਹੇ ਆ। ਇਹ ਦੋਸਤ ਦੀ ਇੱਕ NOC ਹੈ, ਜੈਨੂਅਨ ਕੰਮ ਹੈ। ਔਰ ਉਹ ਇੱਕ ਚਿੱਠੀ DC ਦਫ਼ਤਰ ਨੂੰ ਭੇਜਣ ਦਾ 10,000 ਰੁਪਈਆ ਰਿਸ਼ਵਤ, 10,000 ਰੁਪਈਆ ਰਿਸ਼ਵਤ ਮੰਗਣ ਦੀ ਵੀਡੀਓ ਕਰਮਜੀਤ ਜੀ ਦੇ ਕੋਲ ਹੈ। ਸੋ ਕਿੱਥੋਂ ਦਊਗਾ ਮਾਤੜ ਬੰਦਾ? ਅਸੀਂ ਗਏ ਆ ਮੀਡੀਆ ਨਾਲ, ਸੀ ਮੈਂ ਪੁੱਛਿਆ ਉਹ ਅਫਸਰ ਨੂੰ ਜਿਹਨੇ 10,000 ਰੁਪਈਆ, ਕੀ ਨਾਂ ਉਹਦਾ? ਦਿਲਬਾਗ ਸਿੰਘ ਥਾਣੇਦਾਰ। ਐਂਡ ਦਿਲਬਾਗ ਸਿੰਘ ਥਾਣੇਦਾਰ ਨੂੰ ਪੁੱਛਿਆ ਵੀ ਲੱਖਾਂ ਰੁਪਈਆ ਤਨਖਾਹ ਲੈ ਕੇ ਢਿੱਡ ਨਹੀਂ ਭਰਦਾ? ਦੂਜੇ ਪਾਸੇ ਬੇਰੁਜ਼ਗਾਰ ਹੱਥਾਂ ਦੇ ਵਿੱਚ ਡਿਗਰੀਆਂ ਡਿਪਲੋਮੇ ਫੜ ਕੇ ਨੌਜਵਾਨ ਗਲੀਆਂ ਸੜਕਾਂ 'ਤੇ ਵਿਹਲੇ ਘੁੰਮਦੇ ਆ। ਉਹਨਾਂ ਵੱਲ ਦੇਖ ਕੇ ਭਗਵਾਨ ਦਾ ਸ਼ੁਕਰੀਆ ਅਦਾ ਕਰਿਆ ਕਰੋ ਵੀ ਬੜੀ ਵੱਡੀ ਇੱਜ਼ਤ, ਬੜਾ ਵੱਡਾ ਮਾਣ, ਬੜੀ ਵੱਡੀ ਸੈਲਰੀ, ਪਰ ਤ੍ਰਿਸ਼ਨਾ ਹੈ ਨਹੀਂ। ਸੋ ਅਸੀਂ ਕਮਿਸ਼ਨਰ ਸਾਹਿਬ ਨੂੰ, ਜਿਹੜਾ ਮੀਡੀਆ ਦੀ ਹਾਜ਼ਰੀ ਦੇ ਵਿੱਚ ਇਹ 10,000 ਰੁਪਈਆ ਇਹ ਮਾਤੜ ਸਾਥੀ ਦਾ, ਮਿਹਨਤ ਕਰ ਸਾਥੀ ਦਾ, ਥਾਣੇਦਾਰ ਜਗਮੇ ਦਿਲਬਾਗ ਸਿੰਘ ਕੋਲੋਂ ਵਾਪਸ ਕਰਾਇਆ, ਇਹ ਕਮਿਸ਼ਨਰ ਸਾਹਿਬ ਨੂੰ ਦੱਸ ਕੇ। ਐਂਡ ਕਮਿਸ਼ਨਰ ਸਾਹਿਬ ਨੇ ਇਹ ਗੱਲ ਇਨਸ਼ੋਰ ਕੀਤੀ ਆ ਵੀ ਰਿਟਰਨ ਦੇ ਜਾਓ, ਮੈਂ ਸੰਬੰਧਿਤ ਜਿਹੜਾ ਕਰਪਟ ਅਫਸਰ ਹੈ ਇਹਨੂੰ ਡਿਸਮਿਸ ਕਰੂੰਗਾ। ਸੋ ਮੈਂ ਨਾਲ ਦੀ ਨਾਲ ਇਹ ਜਿਹੜੀ ਸ਼ਿਕਾਇਤ ਹੈਗੀ ਆ DGP ਐਂਡ ਹੋਮ ਸੈਕਟਰੀ ਅਤੇ ਸਪੀਕਰ ਪੰਜਾਬ ਵਿਧਾਨ ਸਭਾ, ਕਿਉਂਕਿ ਲੋਕ ਇਨਸਾਫ ਪਾਰਟੀ ਦਾ ਮੁੱਢਲਾ ਸਿਧਾਂਤ ਹੈ ਕਰਪਸ਼ਨ ਦੇ, ਅਨਿਆਂ ਦੇ ਖਿਲਾਫ ਸੰਘਰਸ਼। ਕੋਈ ਹੋਵੇ, ਉਹ ਪਟਵਾਰੀ ਆ, ਉਹ ਥਾਣੇਦਾਰ ਆ, ਉਹ IG ਆ, ਉਹ DC ਆ, ਉਹ SSP ਆ, ਕਿਸੇ ਨੂੰ ਸਪੇਅਰ ਨਹੀਂ ਕਰਾਂਗੇ। ਅਸੀਂ ਲੋਕਾਂ ਦੇ ਹਕੂਕ ਦੀ ਰਾਖੀ ਵਾਸਤੇ ਅਤੇ ਪੰਜਾਬ ਦੇ ਵਿੱਚੋਂ ਰਿਸ਼ਵਤਖੋਰੀ ਨੂੰ ਖਤਮ ਕਰਨ ਵਾਸਤੇ ਸਾਨੂੰ ਕਿਤੇ ਜਾਣਾ ਪਿਆ, ਮੈਂ, ਮੇਰੇ ਸਾਥੀ, ਅਸੀਂ ਜ਼ਰੂਰ ਜਾਵਾਂ। ਉੱਥੇ ਹੀ ਪੀੜਤ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਬਾਰੇ ਉਹਨਾਂ ਨੇ ਆਲਾ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ, ਪਰ ਕੋਈ ਸੁਣਵਾਈ ਨਾ ਹੋਣ ਦੇ ਕਾਰਨ ਉਸਨੇ ਲੋਕ ਇਨਸਾਫ ਪਾਰਟੀ ਦੀ ਮਦਦ ਲਈ, ਜਿਸ ਤੋਂ ਬਾਅਦ ਦੋਸ਼ੀ ਨੂੰ ਰੰਗੇ ਹੱਥੀ ਫੜ ਲਿਆ ਗਿਆ। ਇਹ ਜੀ ਆਪਣੀ ਇੱਕ NOC ਸੀਗੀ ਜਿਹੜੀ ਇੱਥੋਂ ਇਹਨਾਂ ਨੇ ਚਿੱਠੀ ਲਿਖ ਕੇ DC ਸਾਹਿਬ ਨੂੰ ਭੇਜਣੀ ਸੀਗੀ, ਔਰ ਉਹਦੇ ਮਤਲਬ ਕਿ ਇਹਨਾਂ ਨੇ ਮੇਰੇ ਤੋਂ 10,000 ਦੀ ਡਿਮਾਂਡ ਕੀਤੀ, ਜਿਹੜੇ ਕਿ ਅੱਜ ਮੈਂ ਉਹਨਾਂ ਨੂੰ ਦਿੱਤੇ। ਔਰ ਸਾਡੇ ਸਾਹਿਬ ਨੂੰ ਵੀ ਮੈਂ ਮਤਲਬ ਕਿ ਬੇਨਤੀ ਲਾਈ ਵੀ ਆ, ਸਾਡੀ ਪ੍ਰੋਬਲਮ ਆ ਜੀ, ਸਾਡਾ ਕੋਈ ਹੱਲ ਕਰੋ। ਅਤੇ ਐਟ ਦੀ ਸਪੋਟ ਅਸੀਂ ਉੱਥੇ ਰੇਡ ਕੀਤੀ ਗਈ, 10,000 ਰੁਪਈਆ ਵਾਪਸ ਕਰਾਇਆ। ਉਹ ਹੁਣ ਸਾਨੂੰ NOC ਦਿੰਦਾ ਨਹੀਂ ਦਿੰਦਾ, ਉਹ ਇਹਨਾਂ ਦੀ ਜ਼ਿੰਮੇ। ਤੁਸੀਂ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੁਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ISO ਪ੍ਰਮਾਣਿਤ, ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ, ਫੈਕਟਰੀ ਏਰੀਆ, ਨੀਅਰ ਸ਼ਿਵ ਮੰਦਿਰ, ਪਟਿਆਲਾ।